ਜ਼ਿਲ੍ਹਾ ਮੋਗਾ ਦੇ ਕਸਬਾ ਧਰਮਕੋਟ ਆ, ਜਿੱਥੇ ਇੱਕ ਅਜੀਬੋ ਅਜੀਬ ਮਾਮਲਾ ਸਾਹਮਣੇ ਆਇਆ। 15 ਦਿਨ ਪਹਿਲਾਂ ਇੱਕ ਔਰਤ ਲਾਪਤਾ ਹੋ ਜਾਂਦੀ ਆ। ਉਸਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਉਸਦੀ ਨੂੰਹ ਪੁਲਿਸ ਪੁੱਛਗਿੱਛ ਦੌਰਾਨ ਉਸਦੇ ਕਤਲ ਦਾ ਜੁਰਮ ਕਬੂਲ ਰਹਿੰਦੀ ਆ। ਜਦੋਂ ਜੁਰਮ ਕਬੂਲਦੀ ਆ, ਉਸ ਤੋਂ ਬਾਅਦ ਰਿਸ਼ਤੇਦਾਰਾਂ ਦੇ ਵਿੱਚ ਅਤੇ ਸਮਾਜ ਦੇ ਵਿੱਚ ਵੀ ਧੜਥੱਲੀ ਮੱਚ ਜਾਂਦੀ। ਇਸ ਤੋਂ ਪਹਿਲਾਂ ਕਿ ਪੁਲਿਸ ਕੋਈ ਕਾਨੂੰਨੀ ਕਾਰਵਾਈ ਕਰੇ, ਕਤਲ ਹੋਈ ਬਜ਼ੁਰਗ ਮਹਿਲਾ ਦੁਬਈ ਤੋਂ ਆਏ ਆਪਣੇ ਪੁੱਤਰ ਦੇ ਨਾਲ ਥਾਣੇ ਪੁੱਜ ਜਾਂਦੀ ਆ ਅਤੇ ਮਾਮਲਾ ਨਸ਼ਰ ਹੋ ਜਾਂਦਾ ਹੈ। ਧਰਮਕੋਟ ਦੇ ਜਲੰਧਰ ਬਾਈਪਾਸ 'ਤੇ ਰਹਿੰਦੇ ਇੱਕ ਪਰਿਵਾਰ ਦਾ ਇੱਕੋ ਇੱਕ ਕਮਾਉਣ ਵਾਲਾ ਮੈਂਬਰ ਅਮਨਜੋਤ ਸਿੰਘ ਬੀਤੇ ਕਈ ਸਾਲਾਂ ਤੋਂ ਰੁਜ਼ਗਾਰ ਦੇ ਸਿਲਸਿਲੇ ਦੇ ਵਿੱਚ ਦੁਬਈ ਵਿੱਚ ਰਹਿ ਰਿਹਾ ਹੈ। ਪਿੱਛੇ ਘਰ ਵਿੱਚ ਅਮਨਜੋਤ ਦੀ ਪਤਨੀ ਅਤੇ ਮਾਤਾ ਸਤਵੰਤ ਕੌਰ ਰਹਿੰਦੀਆਂ ਹਨ। ਬੀਤੀ 2 ਜੂਨ ਨੂੰ ਅਮਨਜੋਤ ਦੀ ਮਾਤਾ ਸੁਖਵੰਤ ਕੌਰ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਚਲੇ ਜਾਂਦੇ ਨੇ, ਪਰ ਜਦੋਂ ਉਹ ਵਾਪਸ ਨਾ ਪਰਤੀ ਤਾਂ ਅਮਨਜੋਤ ਦੇ ਕਹਿਣ 'ਤੇ ਉਸਦੀ ਪਤਨੀ ਨੇ ਥਾਣੇ ਧਰਮਕੋਟ ਵਿਖੇ ਸੱਸ ਦੇ ਲਾਪਤਾ ਹੋਣ ਦੀ ਇਤਲਾਹ ਦੇ ਦਿੱਤੀ ਹੈ। ਇਸ 'ਤੇ ਥਾਣਾ ਮੁਖੀ ਨੇ ਤਫਤੀਸ਼ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਸੁਖਵੰਤ ਕੌਰ ਦੇ ਜੇਠ ਗੁਰਜੈਬ ਸਿੰਘ ਨੇ ਵੀ ਥਾਣੇ ਵਿੱਚ ਆਪਣੀ ਭਰਜਾਈ ਦੇ ਲਾਪਤਾ ਹੋਣ ਪਿੱਛੇ ਕੁਝ ਸ਼ੱਕੀ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ। ਪੁਲਿਸ ਜਾਂਚ ਦੌਰਾਨ ਗਵਾਂਢੀਆਂ ਨੇ ਵੀ ਕਿਹਾ ਕਿ ਸੁਖਵੰਤ ਕੌਰ ਦੀ ਨੂੰਹ ਉਸ ਨੂੰ ਤੰਗ ਪਰੇਸ਼ਾਨ ਕਰਦੀ ਰਹਿੰਦੀ ਸੀ। ਉਹ ਲਾਪਤਾ ਨਹੀਂ ਹੋਈ, ਉਸਦੀ ਹੱਤਿਆ ਕੀਤੀ ਗਈ ਹੈ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਜਦੋਂ ਸੁਖਵੰਤ ਕੌਰ ਦੀ ਨੂੰਹ ਅਤੇ ਉਸਦੇ ਮਾਮੇ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਪੁਲਿਸ ਦੀ ਕੁੱਟਮਾਰ ਤੋਂ ਡਰਦਿਆਂ ਸੁਖਵੰਤ ਕੌਰ ਦੇ ਕਤਲ ਦਾ ਜੁਰਮ ਕਬੂਲ ਲਿਆ। ਪੁਲਿਸ ਨੇ ਨੂੰਹ ਨੂੰ ਹਿਰਾਸਤ ਵਿੱਚ ਲੈ ਲਿਆ। ਉੱਧਰ ਦਰਬਾਰ ਸਾਹਿਬ ਦੇ ਕਿਸੇ ਸੇਵਾਦਾਰ ਨੇ ਵਟਸਐਪ ਨੰਬਰ ਰਾਹੀਂ ਸੁਖਵੰਤ ਕੌਰ ਦੀ ਉਸਦੇ ਦੁਬਈ ਬੈਠੇ ਪੁੱਤਰ ਅਮਨਜੋਤ ਕੌਰ ਨਾਲ ਵੀਡੀਓ ਕਾਲ ਦੇ ਜ਼ਰੀਏ ਗੱਲ ਕਰਵਾ ਦਿੱਤੀ। ਮਾਂ ਦੇ ਜ਼ਿੰਦਾ ਹੋਣ ਬਾਰੇ ਜਦੋਂ ਪਤਾ ਲੱਗਾ ਤਾਂ ਅਮਨਜੋਤ ਸਿੰਘ ਨੇ ਧਰਮਕੋਟ 'ਚ ਆਪਣੇ ਵਾਰਡ ਦੇ MC ਗੁਰਪਿੰਦਰ ਸਿੰਘ ਚਾਹਲ ਨੂੰ ਫੋਨ 'ਤੇ ਸਾਰੀ ਜਾਣਕਾਰੀ ਦਿੱਤੀ ਅਤੇ ਆਪ ਵੀ ਉਸੇ ਰਾਤ ਉਹ ਦੁਬਈ ਤੋਂ ਅੰਮ੍ਰਿਤਸਰ ਪਹੁੰਚ ਗਿਆ। ਗੁਰਪਿੰਦਰ ਸਿੰਘ ਨੇ ਮਾਮਲਾ ਧਰਮਕੋਟ ਪ੍ਰੈਸ ਕਲੱਬ ਦੇ ਪ੍ਰਧਾਨ ਦੇ ਜ਼ਰੀਏ ਲਿਆਂਦਾ ਅਤੇ ਉਹਨਾਂ ਨੇ ਸਾਰੀ ਜਾਣਕਾਰੀ ਧਰਮਕੋਟ ਦੇ DSP ਨੂੰ ਦਿੱਤੀ। ਅਮਨਜੋਤ ਅੰਮ੍ਰਿਤਸਰ ਤੋਂ ਆਪਣੀ ਮਾਂ ਨੂੰ ਨਾਲ ਲੈ ਆਇਆ ਅਤੇ ਫਿਰ ਗੁਰਪਿੰਦਰ ਸਿੰਘ ਅਤੇ ਅਮਨਜੋਤ ਸੁਖਵੰਤ ਕੌਰ ਨੂੰ ਲੈ ਕੇ ਧਰਮਕੋਟ ਦੇ ਪੁਲਿਸ ਥਾਣੇ ਵਿੱਚ ਪੇਸ਼ ਹੋ ਗਏ ਅਤੇ ਕਤਲ ਹੋ ਚੁੱਕੀ ਔਰਤ ਦੇ ਇਸ ਥਾਣੇ ਵਿੱਚ ਪੇਸ਼ ਹੋਣ ਨਾਲ ਪੁਲਿਸ ਅਧਿਕਾਰੀ ਅਤੇ ਹੋਰ ਲੋਕ ਵੀ ਹੱਕੇ ਬੱਕੇ ਰਹਿ ਗਏ। ਉੱਧਰ DSP ਅਮਰਜੀਤ ਸਿੰਘ ਅਤੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਨੇ ਇਸ ਗੁੰਝਲਦਾਰ ਕਹਾਣੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ 5 ਜੂਨ ਨੂੰ ਪੁਲਿਸ ਕੋਲ ਸੁਖਵੰਤ ਕੌਰ ਦੇ ਲਾਪਤਾ ਹੋਣ ਦੀ ਦਰਖਾਸਤ ਆਈ ਸੀ। ਮੁਹੱਲਾ ਵਾਸੀਆਂ ਨੇ ਨੂੰਹ 'ਤੇ ਦੋਸ਼ ਲਗਾਏ ਸਨ ਕਿ ਉਸਨੇ ਆਪਣੀ ਸੱਸ ਦੀ ਕੁੱਟਮਾਰ ਕਰਕੇ ਉਸ ਨੂੰ ਮਾਰ ਦਿੱਤਾ। ਇਸੇ ਦੌਰਾਨ ਘਬਰਾਈ ਹੋਈ ਉਸਦੀ ਨੂੰਹ ਨੇ ਕਤਲ ਦੀ ਗੱਲ ਵੀ ਮੰਨ ਲਈ, ਪਰ ਪੁਲਿਸ ਨੂੰ ਉਸਦੇ ਹਾਵ ਭਾਵ 'ਤੇ ਯਕੀਨ ਨਹੀਂ ਹੋ ਰਿਹਾ ਸੀ। ਇਸ ਜਾਂਚ ਲਈ ਜਾਂਚ ਜਾਰੀ ਹੈ। ਇਸੇ ਕਾਰਨ ਪੁਲਿਸ ਨੇ ਕੋਈ ਕਾਨੂੰਨੀ ਕਾਰਵਾਈ ਰਿਕਾਰਡ ਵਿੱਚ ਨਹੀਂ ਲਿਆਂਦੀ, ਪਰ ਇਸ ਦੌਰਾਨ ਸੁਖਵੰਤ ਕੌਰ 19 ਜੂਨ ਨੂੰ ਸਹੀ ਸਲਾਮਤ ਵਾਪਸ ਆਪਣੇ ਘਰ ਆ ਗਏ। ਇਸੇ ਤਰ੍ਹਾਂ ਸਾਫ਼ ਅਕਸ ਵਾਲੀ ਇੱਕ ਔਰਤ ਹੱਤਿਆ ਵਰਗੇ ਅਪਰਾਧਿਕ ਮਾਮਲੇ ਤੋਂ
ਬਚ ਗਈ। ਹੁਣ ਸਵਾਲ ਸਭ ਤੋਂ ਵੱਡਾ ਕਿ ਆਖਿਰ ਇਸ ਔਰਤ ਸੁਖਵੰਤ ਕੌਰ ਉਸਦੀ ਕਤਲ ਨੂੰ ਕਿਉਂ ਉਸਦੀ ਨੂੰਹ ਨੇ ਕਬੂਲਿਆ, ਔਰ ਖਾਸ ਕਰਕੇ ਜਦੋਂ ਉਹਦੇ ਨੂੰਹ ਅਤੇ ਉਹਦੇ ਮਾਮੇ ਨੇ ਇਹ ਗੱਲ ਕਬੂਲੀ, ਆਖਿਰ ਪੁਲਿਸ ਨੇ ਉਹ ਤਫਤੀਸ਼ ਕਿਉਂ ਨਹੀਂ ਕੀਤੀ? ਜੇ ਨੂੰਹ ਨੇ ਇਹ ਗੱਲ ਕਬੂਲੀ ਕਿ ਉਸਨੇ ਆਪਣੀ ਸੱਸ ਦਾ ਕਤਲ ਕੀਤਾ, ਅਤੇ ਉਹ ਆਖਿਰ ਲਾਸ਼ ਤਫਤੀਸ਼ ਕਿਉਂ ਨਹੀਂ ਕੀਤੀ, ਕਿ ਜਾਂ ਉਸਨੇ ਡਰਦੇ ਮਾਰੇ ਹੀ ਇਹ ਗੱਲ ਕਬੂਲ ਲਿਆ? ਪਰ ਮਾਮਲਾ ਡੂੰਘਾਈ ਦੇ ਨਾਲ ਹੋਰ ਜਾਂਚਣ ਦਾ ਵਿਸ਼ਾ ਕਿ ਆਖਿਰ ਸੁਖਵੰਤ ਕੌਰ 'ਤੇ ਜਿੰਦਾ ਵਾਪਸ ਆਈ, ਪਰ ਜਿਹੜਾ ਕਬੂਲਨਾਮਾ ਉਹ ਸਿਰਫ ਡਰਾਵਾ ਸੀ, ਫਰਜ਼ੀ ਸੀ, ਜਾਂ ਕੋਈ ਹੋਰ ਵੀ ਪੜਤਾਲ ਕਰਨ ਦੀ ਜ਼ਰੂਰਤ ਹੈ? ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।